इधर आके देखा भी सारा तमिलनाडु बहुत जाड़ जंगल पे है जी जी। भी एक की मकसद की है, इतने क्यों नहीं कोई खेती कर रहा। कदे कोई ऐसी गल चल पी भी यार अपने इतने पंजाब च भी सिख ने, यूपी च भी सिख बैठे ने, सारिया स्टेटा सिख बैठे ने, उत्थे गुरु नानक पातशाह जी आए हुए ने, गुरुद्वारा समुद्र दे विच बनया होया है, क्यों ना आपां इत्थों जाके उत्थे भी आपां इक सिखी दा बूटा लाइए। बाबा जी दा हुक्म भी ए सीगा भी ओ जमीन लैनी है जिहड़ी जमीन बिलकुल कोई बंजर हो, ड्राई एरिया हो, बारिशां घट होण, मतलब इन्हां लोकां नूं दसना से भी तुसी किस तरह तुसी भी कर सकते। मतलब ये ना हो भी आपा बढ़िया जमीन लैके बिजाऊ करिए, जिहड़ी सब तो बेकार जमीन हो लैनी है बाबा जी ने। अच्छा। हुक्म दित्ता जी। ते फिर ये जमीन चाहे इत्थे आ सारा पूरा जंगल तीगा, ये सानू लोग भी कहंदे थे भी तुसी ये जमीना क्यों लैतिया ने, इत्थे खेती हुंदी नहीं, इत्थे पानी नहीं हैगा, इत्थे कुछ भी नहीं हैगा, भी तुसी की करोगे। ਅਸੀਂ ਆਖਿਆ ਵੀ ਖੇਤੀ ਕਰਾਂਗੇ ਤਾਂ ਇਹ ਲੋਕ ਵੀ ਹੱਸਦੇ ਤੇ, ਮਤਲਬ ਵੀ ਇਹ ਕੀ ਖੇਤੀ ਕਰਨਗੇ, ਵੀ ਇਹ ਪੰਜਾਬੀ ਭੱਜਣਗੇ। ਅਸੀਂ ਤਾਂ ਕੁਛ ਨਹੀਂ ਕਰ ਸਕੇ ਇੱਥੇ ਬਿਨਾਂ ਪਾਣੀ ਤੋਂ ਕੀ ਹੋਜੂ। ਅਤੇ ਉਹ ਅਤੇ ਸਾਨੂੰ ਇਹ ਸਾਨੂੰ ਦੇਖ ਕੇ ਹੱਸਦੇ ਸੀ ਵੀ ਇਹਨਾਂ ਨੇ ਕੋਈ ਗੱਲ ਨਹੀਂ ਦੇ ਦਿਓ, ਇਹਨਾਂ ਨੂੰ ਜ਼ਮੀਨਾਂ ਅਸੀਂ ਵਾਪਸ ਲੈ ਲਵਾਂਗੇ, ਇਹ ਤਾਂ ਭੱਜਣ ਜਾਣਗੇ, ਇਹ ਤਾਂ ਨਹੀਂ ਰੁਕਣਗੇ ਇੱਥੇ ਇਹਨਾਂ ਨੂੰ। ਅਤੇ ਹੋਇਆ ਇਹਦੇ ਉਲਟ, ਤੁਹਾਨੂੰ ਪਤਾ ਹੀ ਹੈ ਪੰਜਾਬੀ ਤਾਂ ਹਾਰਡ ਵਰਕ ਹੁੰਦੇ ਹੀ ਹੈ। ਅਤੇ ਅਸੀਂ ਤਾਂ ਫਿਰ ਤੁਹਾਨੂੰ ਜਦੋਂ ਸਾਡੇ ਅਸੀਂ ਪਲਾਂਟ ਲਾਤੇ ਇੱਥੇ ਆ ਕੇ ਬੂਟੇ ਲਾਤੇ, ਫਿਰ ਇਹਨਾਂ ਨੂੰ ਥੋੜ੍ਹਾ ਹੋਇਆ ਯਾਰ ਇਹ ਤਾਂ ਸੱਚੀ ਪੁੱਛੀ ਕਰਨ ਲੱਗ ਗਏ। ਤਾਂ ਫਿਰ ਜਦੋਂ ਦੋ ਸਾਲ ਦਾ ਬੂਟਾ ਹੋ ਗਿਆ ਫਿਰ ਇਹ ਆਪ ਸ਼ੁਰੂ ਕੀਤਾ ਇਹਨਾਂ ਨੇ। ਅਤੇ ਬਾਬਾ ਜੀ ਦਾ ਮੋਟਿਵ ਵੀ ਇਹੀ ਸੀਗਾ ਵੀ ਇਹਨਾਂ ਲੋਕਾਂ ਨੂੰ ਕਿਸੇ ਤਰੀਕੇ ਨਾਲ ਜਾਗਰਤ ਕੀਤਾ ਜਾਵੇ ਵੀ ਇਹ ਲੋਕ ਵੀ ਖੇਤੀ ਕਰਨਾ ਸ਼ੁਰੂ ਕਰ ਨਹੀਂ ਤਾਂ ਇਹ ਜੰਗਲ ਸਾਰਾ ਜੰਗਲ ਸੀ, ਆਰਾਮ ਨਾਲ ਬੈਠੇ ਸੀ। ਸਾਡਾ ਕੰਮ ਦੇਖ ਕੇ ਇਹਨਾਂ ਨੇ ਫਿਰ ਇਹਨਾਂ ਨੇ ਪਰਮਾਤਮਾ ਦੀ ਇਹਨਾਂ 'ਤੇ ਵੀ ਕਿਰਪਾ ਹੋਈ, ਇਹਨਾਂ ਨੇ ਫਿਰ ਸ਼ੁਰੂ ਕੀਤਾ ਇਹਨਾਂ ਨੇ। ਤੇ ਹੁਣ ਤਾਂ ਤੁਸੀਂ ਦੇਖਦੇ ਹੋ ਰਸਤੇ 'ਚ ਵੀ ਹੁਣ ਕਾਫੀ ਸਾਡੇ ਜਿਵੇਂ ਜਿੱਥੇ ਅਸੀਂ ਬੈਠੇ ਹਾਂ ਇਹ ਸਰਾਊਂਡਿੰਗ ਏਰੀਆ ਵਿੱਚ ਤੁਹਾਨੂੰ ਕੋਈ ਬਹੁਤ ਘੱਟ ਮਿਲਣਗੀਆਂ, ਜਿਹੜੇ ਕਿੱਕਰ ਗਏ ਜਿਹਨੂੰ ਆਪਾਂ ਕਹਿੰਦੇ ਜੀ 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 ਬਹੁਤ ਘੱਟ ਮਿਲਣਗੀ। ਹਾਂਜੀ ਅਸੀਂ ਦੇਖਦੇ ਆ ਰਹੇ ਸੀਗੇ ਕਿ ਕਿਤੇ ਕਿਤੇ ਫਾਰਮਿੰਗ ਹੋਈ ਥੋੜ੍ਹੀ ਥੋੜ੍ਹੀ ਭਾਵੇਂ ਥੋੜ੍ਹੀ ਪਰ ਹੋਈ ਹੈ। ਪਹਿਲਾਂ ਕਾਹਦੀ ਖੇਤੀ ਕੀਤੀ ਸਭ ਤੋਂ ਪਹਿਲਾਂ? ਅੰਬ ਹੀ ਲਾਏ ਨੇ, ਅੰਬ ਲਾਏ, ਅੰਬਾਂ ਦੀ ਵਰਾਇਟੀਆਂ ਨੇ 4-5 ਜੀ। ਜਿਸ ਤਰ੍ਹਾਂ ਉਹ ਅੰਬਾਂ ਤੋਂ ਬਾਅਦ ਫਿਰ ਨਾਲ ਦੀ ਨਾਲ ਹੀ ਆਪਾਂ ਇਹ ਬਾਉਂਡਰੀ 'ਤੇ ਨਾਰੀਅਲ ਲਾਤਾ, ਨਾਰੀਅਲ ਲਾਉਣ ਤੋਂ ਬਾਅਦ ਫਿਰ ਆਪਾਂ ਨੇ ਆਮਲਾ ਲਾਤਾ, ਆਮਲਾ ਲਾਉਣ ਤੋਂ ਬਾਅਦ ਅਸੀਂ ਨੇ ਪਪੀਤਾ ਲਾਇਆ ਸੀ 15-20 ਕਿੱਲੇ। ਸੋ ਅਸੀਂ ਸਾਡਾ ਤਾਂ ਟੀਚਾ ਇਹ ਸੀ ਵੀ ਕਿ ਇੱਥੇ ਪਾਣੀ ਘੱਟ ਹੈ, ਇਸ ਵਾਸਤੇ ਅਸੀਂ ਇੱਥੇ ਇਹੀ ਲਾਵਾਂ ਕਿਉਂਕਿ ਇਹ ਪਾਣੀ ਡ੍ਰਿਪ ਨਾਲ ਅਸੀਂ ਪਾਣੀ ਦੇ ਰਹੇ, ਇਹਨੂੰ ਸਿਰਫ ਬੂਟੇ ਨੂੰ ਪਾਣੀ ਜਾ ਰਹੂਗਾ, ਇਸ ਵਾਸਤੇ ਪਾਣੀ ਦੀ ਸੇਵਿੰਗ ਵੀ ਹੈ ਇਹ 'ਚ ਔਰ ਸਾਡਾ ਪਾਣੀ ਪੂਰਾ ਵੀ ਹੋ ਜੂਗਾ। ਸਾਡੇ ਕਮ ਸੇ ਕਮ ਵੀ ਇੱਥੇ ਹੁਣ ਅਸੀਂ 350-350 ਏਕੜ ਸਾਡੇ ਕੋਲ ਜਿਹੜਾ ਹੈ ਉਹਦੇ ਵਿੱਚ ਅਸੀਂ 20 ਦੇ ਕਰੀਬ ਸਾਡੇ ਕੋਲ ਬੋਰ ਹੈ, 20 ਬੋਰ ਕੀਤੇ ਹੋਏ ਸੀ ਇੱਧਰ ਆ ਕੇ ਅਸੀਂ ਸਾਡੇ 3 ਬੋਰ ਵੀ ਆਪਾਂ ਨੇ ਸ਼ੁਰੂ ਕੀਤੇ ਨੇ ਉਰੇ ਲਾਉਣੇ। ਅੱਛਾ। ਬੋਰ ਜਿਸ ਟਾਈਮ ਆਪਾਂ ਨੇ ਇੱਧਰ ਕੋਈ ਬੋਰ ਨਹੀਂ ਸੀ ਆਪਣੇ ਜਦੋਂ ਖੇਤੀ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਕਿ ਹਾਂਜੀ ਪਹਿਲਾਂ ਆਪਾਂ ਨੇ ਬੋਰ ਲਾਏ 15-20 ਫਿਰ ਬੋਰਾਂ ਦੇ ਵਿੱਚ ਪਾਣੀ ਬਹੁਤ ਘੱਟ ਹੈ, ਨੀਚੇ ਜ਼ਮੀਨ 'ਚ ਪਾਣੀ ਘੱਟ ਹੈ, ਆਪਣੇ ਪੰਜਾਬ ਵਾਂਗੂ ਪਾਣੀ ਨਹੀਂ ਹੈਗਾ। ਫਿਰ ਉਹ ਜਦੋਂ ਆਪਾਂ ਨੇ ਬੋਰ ਲਾ ਕੇ ਫਿਰ ਉਹ ਖੂਹਾਂ ਦੇ ਵਿੱਚ ਇਕੱਠਾ ਕਰਿਆ ਪਾਣੀ। ਅੱਛਾ। ਖੂਹਾਂ ਦੇ ਵਿੱਚ ਇਕੱਠਾ ਕਰਕੇ ਫਿਰ ਆਪਾਂ ਡ੍ਰਿਪ ਸਿਸਟਮ ਬਣਾ ਕੇ ਇੱਕ ਇੱਕ ਬੂਟੇ ਕੋਲ ਇੱਕ ਡ੍ਰਿਪ ਨਾਲ ਪਾਣੀ ਜਾ ਰਿਹਾ। ਤਮਿਲਨਾਡੂ